योगी सीलनाथ ਨੇ ਸੂਖਮ ਸਰੀਰ ਨਾਲ ਬਾਬਾ ਜੀ ਨੂੰ ਡਰਾਉਣ ਦਾ ਯਤਨ ਕਰਨ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਦੱਖਣ ਵਾਲੇ ਪਾਸੇ ਗੋਰਖ ਜੀ ਦਾ ਇੱਕ ਪੈਰੋਕਾਰ ਯੋਗੀ ਪਿੰਡ ਤਲਵੰਡੀ ਦੀ ਝੂ ਜਿਸ ਨੂੰ ਢੱਕੀ ਕਿਹਾ ਜਾਂਦਾ ਸੀ ਵਿਖੇ ਰਹਿੰਦਾ ਸੀ ਜਿਸ ਦਾ ਨਾਮ ਸੀਲਨਾਥ ਕਰਕੇ ਸਾਰੇ ਇਲਾਕੇ ਵਿੱਚ ਪ੍ਰਸਿੱਧ ਸੀ ਇਸ ਨੇ ਆਪਣੀਆਂ ਰਿੱਧੀਆਂ ਸਿੱਧੀਆਂ ਨਾਲ ਇਲਾਕੇ ਵਿੱਚ ਕਾਫੀ ਪ੍ਰਭਾਵ ਬਣਾਇਆ ਹੋਇਆ ਸੀ ਇਸ ਯੋਗੀ ਦੇ ਚੇਲੇ ਯੋਗੀ ਜੀ ਨੂੰ ਪ੍ਰਸੰਨ ਕਰਨ ਵਾਸਤੇ ਚੰਗੀ ਤੋਂ ਚੰਗੀ ਸ਼ਰਾਬ ਤੇ ਮਾਸ ਲੈ ਕੇ ਉਸ ਦੀ ਕੁਟਿਆ ਪੁੱਜਦੇ। ਜੇ ਕੋਈ ਯੋਗੀ ਨੂੰ ਆਪਣੇ ਘਰ ਸੱਦਾ ਪੱਤਰ ਦਿੰਦਾ ਤਾਂ ਉਸ ਘਰ ਵਿੱਚ ਵੀ ਯੋਗੀ ਦੀ ਪ੍ਰਸੰਤਾ ਵਾਸਤੇ ਰੱਜ ਕੇ ਜੀਵ ਹਤਿਆ ਹੁੰਦੀ ਅਤੇ ਸ਼ਰਾਬ ਦੇ ਖੁੱਲੇ ਦੌਰ ਚੱਲਦੇ। ਜਦੋਂ ਤੋਂ ਬਾਬਾ ਜੀ ਇਸ ਇਲਾਕੇ ਵਿੱਚ ਆਏ ਆਪ ਜੀ ਦੇ ਗੁਰਮਤ ਪ੍ਰਚਾਰ ਦੁਆਰਾ ਬਹੁਤ ਸਾਰੇ ਲੋਕ ਇਸ ਭੈੜੀ ਆਦਤ ਨੂੰ ਛੱਡ ਕੇ ਗੁਰਮਤ ਗਾਢੀ ਰਾਹ ਦੇ ਪੰਦੀ ਬਣ ਗਏ। ਉਹਨਾਂ ਨੇ ਯੋਗੀ ਦੀ ਅਧੀਨਗੀ ਵੀ ਕਬੂਲਣੀ ਤਿਆਗ ਦਿੱਤੀ। ਇਸ ਤਰ੍ਹਾਂ ਉਸ ਦੀ ਮਹਾਨਤਾ ਘਟਣੀ ਸ਼ੁਰੂ ਹੋ ਗਈ। ਮਾਨਤਾ ਘਟਣ ਦਾ ਕਾਰਨ ਵੀ ਸੀਲਨਾਥ ਨੂੰ ਪਤਾ ਲੱਗ ਚੁੱਕਾ ਸੀ। ਕਈ ਵਾਰੀ ਮਨ ਵਿੱਚ ਗ੍ਰੋਧ ਕਰਦਾ ਪਰ ਉਸ ਦਾ ਵਸ ਕੋਈ ਨਾ ਚੱਲਦਾ। ਅਖੀਰ ਉਸ ਨੇ ਆਪਣੀ ਸ਼ਕਤੀ ਨੂੰ ਹੋਰ ਵਧਾਉਣ ਵਾਸਤੇ ਕੁਝ ਸਮੇਂ ਲਈ ਆਪਣੇ ਸਾਰੇ ਪ੍ਰੋਗਰਾਮ ਸੰਕੋਚ ਲਏ। ਆਪਣੇ ਮਤ ਅਨੁਸਾਰ ਯੋਗ ਸਾਧਨਾਵਾਂ ਕਰਨੀਆਂ ਆਰੰਭ ਕਰ ਦਿੱਤੀਆਂ। ਇਸ ਨੇ ਮਿਹਨਤ ਨਾਲ ਸਾਧਨਾ ਕਰਕੇ ਇੱਥੋਂ ਤੱਕ ਪ੍ਰਾਪਤੀ ਕਰ ਲਈ ਕਿ ਉਹ ਆਪਣੇ ਸਥੂਲ ਸਰੀਰ ਵਿੱਚੋਂ ਸੂਖਮ ਸਰੀਰ ਵੱਖ ਕਰ ਲੈਂਦਾ ਸੀ। ਇੱਕ ਸ਼ਾਮ ਦੀ ਘਟਨਾ ਹੈ ਗਰਮੀਆਂ ਦੇ ਦਿਨ ਸਨ ਬਾਬਾ ਜੀ ਸੋਧਾਰ ਰਹਿਰਾਸ ਜੀ ਦਾ ਪਾਠ ਕਰਨ ਉਪਰੰਤ ਆਪਣੀ ਛੰਨ ਦੇ ਬਾਹਰ ਮੰਝਾ ਢਾਹ ਕੇ ਸਿਮਰਨ ਕਰ ਰਹੇ ਸਨ ਬਾਬਾ ਜੀ ਦੱਸਦੇ ਸਨ ਕਿ ਸਾਨੂੰ ਔਲਖ ਔਲਖ ਦੀ ਆਵਾਜ਼ ਸੁਣਾਈ ਦਿੱਤੀ ਜਿੱਧਰੋਂ ਆਵਾਜ਼ ਆ ਰਹੀ ਸੀ ਉਸ ਪਾਸੇ ਵੱਲ ਵੇਖਿਆ ਤਾਂ ਉਹ ਜੋਗੀ ਸੀਲਨਾਥ ਹੱਥਾਂ ਵਿੱਚ ਚਿਮਟਾ ਲਈ ਸਾਡੀ ਵੱਲ ਵੱਧਿਆ ਆ ਰਿਹਾ ਸੀ ਬਾਬਾ ਜੀ ਦੀ ਆਤਮਾ ਨੇ ਵੀ ਮਹਿਸੂਸ ਕਰ ਲਿਆ ਕਿ ਇਹ ਸੂਖਮ ਸਰੀਰ ਨਾਲ ਸਾਨੂੰ ਡਰਾਉਣ ਵਾਸਤੇ ਆਇਆ ਹੈ ਬਾਬਾ ਜੀ ਦੱਸਿਆ ਕਰਦੇ ਸਨ ਕਿ ਅਸੀਂ ਅਡੋਲ ਸਿਮਰਨ ਕਰਦੇ ਰਹੇ ਬਿਨਾਂ ਕਿਸੇ ਖੋਫ ਦੇ ਉਸ ਵੱਲ ਵੇਖੀ ਗਏ ਕਿ ਵੇਖੋ ਇਹ ਕੀ ਕਰਦਾ ਉਸ ਨੇ ਨੇੜੇ ਆ ਕੇ ਦੋਹਾਂ ਹੱਥਾਂ ਨਾਲ ਚਿਮਟਾ ਜੋ ਉਸ ਦੇ ਹੱਥ ਵਿੱਚ ਸੀ ਉੱਪਰ ਉਲਾਰ ਕੇ ਬਾਬਾ ਜੀ ਦੇ ਮਾਰਨਾ ਚਾਹਿਆ ਤੇ ਨਾਲ ਹੀ ਕਹਿਣ ਲੱਗਾ ਕਿ ਮੈਂ ਤੁਹਾਨੂੰ ਇਥੋਂ ਕੱਢ ਕੇ ਛੱਡਾਂਗਾ ਤੁਸੀਂ ਮੇਰੇ ਚੇਲਿਆਂ ਨੂੰ ਪੁੱਠੀ ਮੱਤ ਦਿੰਦੇ ਹੋ ਜਿਸ ਕਾਰਨ ਉਹ ਜੋਗ ਮੱਤ ਦਾ ਤਿਆਗ ਕਰੀ ਜਾਂਦੇ ਹਨ ਤੁਹਾਨੂੰ ਨਹੀਂ ਪਤਾ ਕਿ ਮੇਰੇ ਵਿੱਚ ਕਿੰਨੀ ਸ਼ਕਤੀ ਹੈ ਮੈਂ ਤਾਂ ਤੁਹਾਡੇ ਸਾਰਿਆਂ ਦੇ ਗਲਾਂ ਵਿੱਚ ਜੋ ਤੁਸੀਂ ਦਾਤੀਆਂ ਭਾਵ ਕਰੋਧ ਵਿੱਚ ਆ ਕੇ ਸ੍ਰੀ ਸਾਹਿਬ ਨੂੰ ਦਾਤੀ ਲਫਜ਼ ਆ ਕੇ ਪੁਕਾਰ ਰਿਹਾ ਸੀ ਇਹ ਦਾਤੀਆਂ ਪਾਈ ਫਿਰਦੇ ਹੋ ਲੋਹਾ ਕੇ ਸਾਹ ਲਵਾਗਾ ਇਸ ਪ੍ਰਕਾਰ ਜਦੋਂ ਕਰੋਧ ਵਿੱਚ ਗੁਰਸਿੱਖੀ ਜਨਾਂ ਦੇ ਖਿਲਾਫ ਉਸ ਜੋਗੀ ਨੇ ਇਹ ਵਾਕ ਬੋਲੇ ਤਦ ਬਾਬਾ ਜੀ ਦੱਸਿਆ ਕਰਦੇ ਸਨ ਕਿ ਸਾਡੇ ਮਨ ਨੂੰ ਬਹੁਤ ਠੇਸ ਪੁੱਜੀ ਬਾਬਾ ਜੀ ਦੇ ਦਸਨ ਮੁਤਾਬਕ ਕਿ ਉਹਨਾਂ ਨੇ ਮੰਝੇ ਉੱਪਰ ਬੈਠਿਆਂ ਹੀ ਆਤਮਾ ਕਰਕੇ ਉਸ ਦੇ ਮੂੰਹ ਉੱਪਰ ਜ਼ੋਰ ਦੀ ਲਫੇੜਾ ਭਾਵ ਥੱਪੜ ਮਾਰਿਆ ਜਿਸ ਨਾਲ ਉਸ ਜੋਗੀ ਦੇ ਹੱਥਾਂ ਵਿੱਚੋਂ ਚਿਮਟਾ ਜੋ ਉਹ ਬਾਬਾ ਜੀ ਦੇ ਮਾਰਨਾ ਚਾਹੁੰਦਾ ਸੀ ਡਿੱਗ ਪਿਆ ਤੇ ਆਪ ਵੀ ਜ਼ਮੀਨ ਉੱਪਰ ਡਿੱਗ ਪਿਆ। 2-3 ਪਲਸੇਟੇ ਉਸਨੇ ਖਾਦੇ ਤੇ ਸੁਰਤ ਸੰਭਾਲਦੇ ਹੀ ਇਹ ਕਹਿ ਕੇ ਚਲਾ ਗਿਆ ਕਿ ਮੈਨੂੰ ਨਹੀਂ ਪਤਾ ਸੀ ਕਿ ਤੁਹਾਡੇ ਵਿੱਚ ਇੰਨੀ ਸ਼ਕਤੀ ਹੈ। ਮੈਂ ਤਾਂ ਭੁਲੇਖੇ ਵਿੱਚ ਹੀ ਤੁਹਾਡੇ ਨਾਲ ਟੱਕਰ ਲੈ ਲਈ। ਹੁਣ ਮੇਰੇ ਵਿੱਚ ਬਲ ਨਹੀਂ ਰਿਹਾ। ਮੈਂ ਆਪਣੀ ਜਗ੍ਹਾ ਛੱਡ ਕੇ ਕਿਸੇ ਹੋਰ ਥਾਂ ਚਲਾ ਜਾਵਾਂਗਾ। ਇਸ ਪ੍ਰਕਾਰ ਦੇ ਬਚਨ ਕਹਿੰਦਾ ਹੋਇਆ ਉਹ ਜੋਗੀ ਭੱਜਦਾ ਹੋਇਆ ਦੂਰ ਚਲਾ ਗਿਆ। ਮੁੜ ਕਦੀ ਉਸਨੇ ਵਾਰ ਨਹੀਂ ਕੀਤਾ। ਥੋੜੇ ਦਿਨਾਂ ਪਿਛੋਂ ਬਾਬਾ ਜੀ ਨੇ ਇੱਕ ਪ੍ਰੇਮੀ ਨੂੰ ਭੇਜਿਆ ਕਿ ਜਾ ਕੇ ਉਸ yogi ਦੀ ਕੁਟਿਆ ਤੋਂ ਪਤਾ ਕਰੇ ਕਿ yogi ਅਜੇ ਉੱਥੇ ਹੀ ਹੈ ਜਾਂ ਚਲਾ ਗਿਆ ਹੈ ਆਲੇ ਦੁਆਲੇ ਦੇ ਖੇਤ ਵਾਹਣ ਦੇ ਲੋਕਾਂ ਨੇ ਦੱਸਿਆ ਕਿ ਸੀਲਨਾਥ ਜੀ ਤਾਂ ਪਰਸੋਂ ਦੇ ਹੀ ਬਿਨਾਂ ਕਿਸੇ ਨੂੰ ਦੱਸੇ ਇਸ ਥਾਂ ਤੋਂ ਚਲੇ ਗਏ ਹਨ ਸੋ ਕੁਝ ਸਮੇਂ ਬਾਅਦ ਪਤਾ ਲੱਗਾ ਕਿ yogi ਸੀਲਨਾਥ ਨੇ ਆਪਣੇ ਪਹਿਲੇ ਸਥਾਨ ਭਾਵ ਤਲਵੰਡੀ ਦੀ ਜੂ ਵਿੱਚ ਜੋ ਠੱਕੀ ਸੀ ਉਸ ਦਾ ਤਿਆਗ ਕਰਕੇ ਆਪਣੇ ਨਵੇਂ ਥਾਂ ਟਿਕਾਣਾ ਬਣਾ ਲਿਆ ਜੋ ਨੰਗਲ ਈਸ਼ਰ ਪਿੰਡ ਵਿੱਚ ਹਰਿਆਣਾ ਦੇ ਡੇਰੇ ਸੀ। ਸੋ ਉਸ ਪ੍ਰੇਮੀ ਨੇ ਸਾਰੀ ਵਿਥਿਆ ਆ ਕੇ ਬਾਬਾ ਜੀ ਨੂੰ ਦੱਸੀ ਤੇ ਬਾਬਾ ਜੀ ਦੇ ਉਤਰਾਧਿਕਾਰੀ ਬਾਬਾ ਸੇਵਾ ਸਿੰਘ ਜੀ ਵੀ ਕੋਲ ਹੀ ਬੈਠੇ ਹੋਏ ਸਨ। ਬਾਬਾ ਜੀ ਨੇ ਕੇਵਲ ਇਹੋ ਬਚਨ ਕੀਤਾ ਕਿ ਉਸਨੇ ਚਲੇ ਹੀ ਜਾਣਾ ਸੀ। ਬਾਅਦ ਵਿੱਚ ਇਕੱਲੇ ਹੋਣ ਉਪਰੰਤ ਉਹਨਾਂ ਨੇ ਉਪਰੋਕਤ ਸਾਰੀ ਵਾਰਤਾ ਦੱਸੀ ਤੇ ਨਾਲ ਹੀ ਕਿਹਾ ਕਿ ਗੁਰਸਿੱਖਾਂ ਉੱਪਰ ਕਿਸੇ ਕਿਸਮ ਦੀ ਕੋਈ ਵੀ ਰiddhi ਸiddhi ਜਾਂ ਸ਼ਕਤੀ ਬਿਲਕੁਲ ਅਸਰ ਨਹੀਂ ਕਰਦੀ। ਪਰ ਗੁਰਸਿੱਖ ਅਸਲ ਅਰਥਾਂ ਵਿੱਚ ਗੁਰਸਿੱਖ ਹੋਵੇ। ਫਿਰ ਗੁਰੂ ਸਾਹਿਬ ਹਰ ਪ੍ਰਕਾਰ ਰੱਖਿਆ ਕਰਦੇ ਹਨ ਜਿਵੇਂ ਕਿ ਪੰਮੇ ਪਾਸ਼ਾ ਜੀ ਦਾ ਗੁੰਡ ਰਗ ਵਿੱਚ ਪ੍ਰਮਾਨ ਹੈ ਜਾ ਕੋ ਰਾਖੈ ਰਾਖਣ ਹਾਰ ਤਿਸ ਕਾ ਅੰਗ ਕਰੇ ਨਿਰੰਕਾਰ তথা ਜਾਮ ਗੁਰੂ ਹੋਏ ਵੱਲ ਤਣੈ ਗਿਆ ਗਾਰਵ ਦਿਜੈ ਜਾਮ ਗੁਰੂ ਹੋਏ ਵੱਲ ਲਖ ਬਾਹੀ ਕਿਜੈ ਜੋ ਪ੍ਰਭੂ ਨੂੰ ਆਪਣਾ ਆਪਾ ਸਮਰਪਿਤ ਕਰ ਦਿੰਦੇ ਹਨ ਫਿਰ ਪ੍ਰਭੂ ਆਪ ਕਿਰਪਾ ਕਰਕੇ ਆਪਣੇ ਪਿਆਰਿਆਂ ਦੀ ਰੱਖਿਆ ਕਰਦਾ ਹੈ ਜਗਦੀਸ਼ ਸੁਰ ਚਰਨ ਸਰਨ ਜੋ ਆਏ ਤੇ ਜਨ ਭਾਵਨਿਤ ਪਾਰ ਪਰੇ ਭਗਤ ਜਨਾਕੀ ਪੈਜ ਹਰ ਰਾਖੇ ਜਨ ਨਾਨਕ ਆਪ ਹਰ